ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ ਪੰਜਾਬੀ ਮੀਨੀਆ ਤੇ ਆਪਣੇ ਫੋਨ ਤੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਹਿੱਟ ਕਰੋ ਬੈਲ ਆਈਕਨ। ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਮੀਨੀਆ 'ਤੇ ਤੁਹਾਡਾ ਸਵਾਗਤ ਹੈ। ਅੱਜ ਕੱਲ੍ਹ ਫਿਲਮਾਂ ਮਨੋਰੰਜਨ ਦਾ ਹੀ ਸਾਧਨ ਨਹੀਂ ਰਹਿ ਗਈਆਂ, ਬਲਕਿ ਹਰ ਫਿਲਮ ਮੇਕਰ ਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਉਸਦੀ ਫਿਲਮ ਕੋਈ ਨਾ ਕੋਈ ਸੰਦੇਸ਼ ਵੀ ਜ਼ਰੂਰ ਦੇਵੇ, ਪਰ ਇਹ ਉਹਨਾਂ ਪ੍ਰੋਡਿਊਸਰਾਂ ਦੇ ਸਹਿਯੋਗ ਤੋਂ ਬਿਨਾਂ ਮੁਮਕਿਨ ਨਹੀਂ ਹੈ, ਜਿਹੜੇ ਕਿਸੇ ਲੇਖਕ ਦੀ ਸੋਚ ਅਤੇ ਡਾਇਰੈਕਟਰ ਦੀ ਸਿਰਜਣੀ 'ਤੇ ਵਿਸ਼ਵਾਸ ਰੱਖਦੇ ਹਨ। ਬਾਦਸ਼ਾਹ ਵੈਸੇ ਤਾਂ ਇਹ ਨਾਮ ਕਿਸੇ ਪਹਿਚਾਣ ਦਾ ਮੁਹਤਾਜ ਨਹੀਂ ਹੈ, ਪਰ ਇਹ ਨਾਮ ਪ੍ਰੋਡਕਸ਼ਨ ਵਿੱਚ ਵੀ ਅਪਰਾ ਫਿਲਮਸ ਦੇ ਨਾਲ ਆਪਣੀ ਅਗਲੀ ਪੰਜਾਬੀ ਫਿਲਮ ਪ੍ਰੋਡਿਊਸ ਕਰਨ ਜਾ ਰਿਹਾ ਹੈ। ਅਰਦਾਸ ਫਿਲਮ ਦੀ ਅਪਾਰ ਸਫਲਤਾ ਤੋਂ ਬਾਅਦ ਬਾਦਸ਼ਾਹ ਨੇ ਆਪਣੀ ਦੂਜੀ ਫਿਲਮ ਦੋ ਦੂਣੀ ਪੰਜ ਦੀ ਘੋਸ਼ਣਾ ਕੀਤੀ। ਇਹ ਫਿਲਮ ਦਾ ਪੋਸਟਰ ਬਾਦਸ਼ਾਹ ਨੇ ਆਪਣੇ ਸੋਸ਼ਲ ਮੀਡੀਆ ਤੇ ਦਰਸ਼ਕਾਂ ਨਾਲ ਸਾਂਝਾ ਕੀਤਾ। ਫਿਲਮ ਦੀ ਪੂਰੀ ਜਾਣਕਾਰੀ ਤਾਂ ਸਾਨੂੰ ਨਹੀਂ ਦਿੱਤੀ ਗਈ, ਪਰ ਇੰਨਾ ਪਤਾ ਚੱਲਿਆ ਹੈ ਕਿ ਅੰਮ੍ਰਿਤ ਮਾਨ ਦੋ ਦੂਣੀ ਪੰਜ ਦੇ ਵਿੱਚ ਮੁੱਖ ਕਿਰਦਾਰ ਨਿਭਾਉਣਗੇ। ਇਸ ਫਿਲਮ ਨੂੰ ਡਾਇਰੈਕਟ ਕਰਨਗੇ ਮਸ਼ਹੂਰ ਡਾਇਰੈਕਟਰ ਹੈਰੀ ਪੱਟੀ। ਫਿਲਮ ਦਾ ਸ਼ੂਟ 10 ਸਤੰਬਰ ਨੂੰ ਸ਼ੁਰੂ ਹੋਵੇਗਾ ਅਤੇ ਫਿਲਮ ਦੇ ਮੁੱਖ ਹਿੱਸੇ ਦਾ ਸ਼ੂਟ ਪੰਜਾਬ ਤੇ ਚੰਡੀਗੜ੍ਹ ਦੇ ਆਸ ਪਾਸ ਹੀ ਹੋਵੇਗਾ। ਫਿਲਮ ਦੇ ਲੀਡ ਅੰਮ੍ਰਿਤ ਮਾਨ ਨੇ ਕਿਹਾ, ਦੋ ਦੂਣੀ ਪੰਜ ਮੇਰੀਆਂ ਉਮੀਦਾਂ ਤੋਂ ਵੀ ਪਰੇ ਦਾ ਪ੍ਰੋਜੈਕਟ ਹੈ। ਮੈਂ ਰੱਬ ਦਾ ਸ਼ੁਕਰਗੁਜ਼ਾਰ ਹਾਂ ਕਿ ਮੈਨੂੰ ਇਸ ਲਾਜਵਾਬ ਟੀਮ ਨਾਲ ਕੰਮ ਕਰਨ ਦਾ ਮੌਕਾ ਮਿਲ ਰਿਹਾ ਹੈ। ਮੈਂ ਹੈਰੀ ਪੱਟੀ ਨਾਲ ਪਹਿਲਾਂ ਵੀ ਆਟੇ ਦੀ ਚਿੜੀ ਵਿੱਚ ਕੰਮ ਕਰ ਚੁੱਕਾ ਹਾਂ, ਇਸ ਲਈ ਮੈਂ ਉਹਨਾਂ ਦੀ ਸੋਚ ਅਤੇ ਮਿਹਨਤ ਤੋਂ ਜਾਣੂ ਹਾਂ, ਪਰ ਇਹ ਪਹਿਲੀ ਵਾਰ ਹੈ ਜਦੋਂ ਮੈਂ ਬਾਦਸ਼ਾਹ ਭਾਜੀ ਨਾਲ ਕੰਮ ਕਰ ਰਿਹਾ ਹਾਂ। ਮੈਂ ਇਹ ਸਫ਼ਰ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਉਤਸ਼ਾਹਿਤ ਹਾਂ। ਇਸ ਜਹਾਜ਼ ਦੇ ਕਪਤਾਨ ਹੈਰੀ ਪੱਟੀ ਨੇ ਕਿਹਾ, ਮੈਂ ਕੰਮ ਦੀ ਕੁਆਲਿਟੀ ਤੇ ਜ਼ਿਆਦਾ ਧਿਆਨ ਦਿੰਦਾ ਹਾਂ, ਨਾ ਕਿ ਗਿਣਤੀ ਤੇ। ਦੋ ਦੂਣੀ ਪੰਜ ਇੱਕ ਅਜਿਹੀ ਫਿਲਮ ਹੈ ਜੋ ਪੰਜਾਬ ਵਿੱਚ ਸਿਨੇਮਾ ਦਾ ਰੂਪ ਬਦਲ ਦੇਗੀ। ਮੈਂ ਆਪਣੇ ਵੱਲੋਂ ਬੈਸਟ ਦੇਣ ਦੀ ਕੋਸ਼ਿਸ਼ ਕਰੂੰਗਾ ਅਤੇ ਉਮੀਦ ਕਰੂੰਗਾ ਕਿ ਫਿਲਮ ਲੋਕਾਂ ਨੂੰ ਬਹੁਤ ਪਸੰਦ ਆਵੇ। ਦੋ ਦੂਣੀ ਪੰਜ 11 ਜਨਵਰੀ 2019 ਨੂੰ ਵਿਸ਼ਵ ਭਰ ਵਿੱਚ ਸਿਨੇਮਾ ਘਰਾਂ ਵਿੱਚ ਰਿਲੀਜ਼ ਕੀਤੀ ਜਾਵੇਗੀ। ਹੋਰ ਨਵੀਆਂ ਤੇ ਤਾਜ਼ਾ ਖਬਰਾਂ ਲਈ ਜੁੜੇ ਰਹੋ ਸਾਡੇ ਯੂਟਿਊਬ ਚੈਨਲ ਪੰਜਾਬੀ ਮੀਨੀਆ ਦੇ ਨਾਲ, ਤੇ ਭੁੱਲੋ ਨਾ ਸਬਸਕ੍ਰਾਈਬ ਕਰਨਾ ਸਾਡਾ ਯੂਟਿਊਬ ਚੈਨਲ ਪੰਜਾਬੀ ਮੀਨੀਆ।